ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਵੋਟਿੰਗ ਚੱਲ ਰਹੀ ਹੈ। ਮੁੰਬਈ ਦੇ ਵਿੱਚ 29 ਅਪ੍ਰੈਲ ਨੂੰ ਵੋਟਿੰਗ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਭੂਮੀ ਪੇਡਨੇਕਰ ਨੇ ਯੂਨਾਈਟਿਡ ਬਾਈ ਵੋਟ ਵਰਗੀ ਕੈਂਪੇਨਿੰਗ ਨੂੰ ਲਾਂਚ ਕੀਤਾ। ਇਸ ਦੌਰਾਨ ਇੱਕ ਪੈਨਲ ਡਿਸਕਸ਼ਨ ਵੀ ਦੇਖਣ ਨੂੰ ਮਿਲਿਆ। ਮੁੰਬਈ ਵਿੱਚ ਆਮ ਵਿਮੈਨ ਅਵਾਰਡ 2019 ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਕੁਝ ਸਿਤਾਰੇ ਨਜ਼ਰ ਆਏ ਅਤੇ ਕਾਫੀ ਐਕਸਾਈਟਿਡ ਲੱਗੇ। ਦਵਾਨੀ ਭਾਨੂਸ਼ਾਲੀ ਦੇ ਗਾਣੇ ਵਾਸਤੇ ਨੂੰ 100 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲੇ ਹਨ। ਇਸ ਮੌਕੇ ਤੇ ਉਨ੍ਹਾਂ ਵੱਲੋਂ ਇੱਕ ਸ਼ਾਨਦਾਰ ਪਾਰਟੀ ਰੱਖੀ ਗਈ ਜਿੱਥੇ ਕ੍ਰਿਊ ਅਤੇ ਕਾਸਟ ਨਜ਼ਰ ਆਈ। ਬੀਤੀ ਸ਼ਾਮ ਅਭਿਨੇਤਾ ਸੁਪਰਸਟਾਰ ਰਣਵੀਰ ਸਿੰਘ ਨੂੰ ਬਾਂਦਰਾ ਦੇ ਆਊਟਰ ਕਲੱਬ ਤੋਂ ਨਿਕਲਦੇ ਹੋਏ ਸਪੌਟ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਕਾਫੀ ਸਮਾਂ ਬਤੀਤ ਕੀਤਾ। ਜੁਹੂ ਸਥਿਤ 5 ਸਿਤਾਰਾ ਹੋਟਲ ਦੇ ਵਿੱਚ ਫਿਲਮ ਸਟੂਡੈਂਟ ਆਫ ਦ ਈਅਰ 2 ਦੇ ਲੀਡ ਅਭਿਨੇਤਾ ਟਾਈਗਰ ਸ਼ਰਾਫ, ਅਨਾਨਿਆ ਪਾਂਡੇ ਅਤੇ ਤਾਰਾ ਸੁਤਾਰੀਆ ਨੂੰ ਕੀਤਾ ਗਿਆ ਸਪੌਟ। ਇਸ ਸਾਰੇ ਫਿਲਮ ਦੇ ਪ੍ਰਮੋਸ਼ਨ ਵਿੱਚ ਵਿਅਸਤ ਨਜ਼ਰ ਆਏ। ਮਨੋਜ ਬਾਜਪਾਈ ਨੂੰ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦੇ ਪੂਰੇ 25 ਸਾਲ ਹੋ ਚੁੱਕੇ ਨੇ। ਇਸ ਦੌਰਾਨ ਉਨ੍ਹਾਂ ਵੱਲੋਂ ਕਾਫੀ ਉਤਾਰ ਚੜਾਵ ਦੇਖੇ ਗਏ। ਜੀ ਹਾਂ, 23 ਅਪ੍ਰੈਲ ਨੂੰ ਉਹ ਪੂਰੇ 50 ਸਾਲ ਦੇ ਹੋ ਗਏ ਹਨ। ਆਪਣਾ ਜਨਮ ਦਿਨ ਅਤੇ ਇੰਡਸਟਰੀ ਦੇ ਵਿੱਚ 25 ਸਾਲ ਪੂਰੇ ਹੋਣ ਅਤੇ ਇਸ ਦੇ ਨਾਲ ਹੀ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨ ਮਿਲਣ ਦੀ ਖੁਸ਼ੀ ਦੇ ਵਿੱਚ ਉਨ੍ਹਾਂ ਵੱਲੋਂ ਇੱਕ ਸ਼ਾਨਦਾਰ ਪਾਰਟੀ ਰੱਖੀ ਗਈ ਜਿੱਥੇ ਨਜ਼ਰ ਆਏ ਬਾਲੀਵੁੱਡ ਦੇ ਕਈ ਸਿਤਾਰੇ। हमने मतलब पहली बार पार्टी की है और वो भी दोस्तों और इनकी वजह से जो है, लेकिन मेरा क्या है कि या तो चाहिए तो आसमां चाहिए, नहीं तो ज़मीन ठीक है। तो अगर मैं मेरा विश्वास है कि पार्टी करो तो बिल्कुल नहीं करो, या फिर करो तो पूरे दोस्तों को बुला के करो, सब किसी को छोड़ो मत। तो वही कोशिश की है कि सारे जो इंडस्ट्री के अपने जो थिएटर के सारे दोस्त जो हैं जो आ सकते थे, क्योंकि बहुत सारे लोग शूटिंग कर रहे हैं तो बहुत सारे लोग आ नहीं पाएंगे, लेकिन जो हैं यहाँ पे उनके साथ पार्टी कर रहे हैं। अभिनेत्री सोनम कपूर आहूजा मुंबई तो बाहर दिल्ली रवाना हुई है जिथे उन्होंने इंटरनेशनल एयरपोर्ट से स्पॉट किया गया।